ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਮੇਰੇ ਪਿਆਰੇ ਦੋਸਤੋ ਮੈਂ ਉਮੀਦ ਕਰਨਾ ਕਿ ਤੁਸੀਂ ਖੈਰ ਖਰੀਅਤ ਦੇ ਨਾਲ ਹੋਵੋਗੇ ਤੇ ਅੱਜ ਦੀ ਆਪਾਂ ਵੀਡੀਓ ਜਿਹੜੀ ਹੈ ਉਹ ਸਟਾਰਟ ਕਰੀਏ ਸਟਾਰਟ ਕਿਸ ਤਰ੍ਹਾਂ ਕਰਨੀ ਹੈ ਔਰ ਕੀ ਕੀ ਗੱਲਾਂ ਹੋਣੀਆਂ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਜਾਣ ਜਾਣਾ ਤੇ ਅਸੀਂ ਜਾ ਰਹੇ ਹਾਂ ਇਸ ਟਾਈਮ ਜਿਹੜਾ ਹੈ ਬੱਕਰੀਆਂ ਚਾਰਨ ਵਾਸਤੇ ਬੱਕਰੀਆਂ ਚਾਰਨ ਵਾਸਤੇ ਜਾਵਾਂਗੇ ਉੱਥੇ ਬਵਾਂਗੇ ਤੇ ਫਿਰ ਤੁਹਾਡੇ ਨਾਲ ਗੱਪਸ਼ਾਪ ਹੋਏਗੀ ਮਜ਼ੇ ਹੋਣਗੇ ਗੱਲਾਂ ਦੇ ਤੇ ਨਾਲ ਹੀ ਤੁਸੀਂ ਸਵੇਰ ਦੀ ਵੀਡੀਓ ਵੇਖੀ ਹੋਏਗੀ ਇੰਜੋਏ ਕੀਤਾ ਹੋਏਗਾ ਤੇ ਦੂਸਰੀ ਵੀਡੀਓ ਵਾਸਤੇ ਸਾਨੂੰ ਵੇਖਣ ਵਾਸਤੇ ਤੁਸੀਂ ਇੰਤਜ਼ਾਰ ਤੇ ਲਾਜ਼ਮੀ ਕਰਦੇ ਹੋਵੋਗੇ ਤੇ ਰਾਣਾ ਇਸ ਟਾਈਮ ਜਿਹੜਾ ਪੀ ਕੇ ਆ ਮਾਲਟਿਆਂ ਦਾ ਜੂਸ ਤੇ ਕੱਲਾ ਕੱਲਾ ਪੀ ਆ ਤੇ ਮਾੜਾ ਕੀਤਾ ਇਹਨੇ ਸਾਨੂੰ ਤੇ 16 ਵੀ ਨਹੀਂ ਮਾਰੀ ਇਹਨੇ ਕਿਹਨੇ ਤੂੰ ਸਾਨੂੰ 16 ਨਹੀਂ ਮਾਰੇ ਅੱਲਾ ਦਾ ਰੱਬ ਦਾ ਤੁਸੀਂ ਖਾਂਦੇ ਤੁਸੀਂ 16 ਮਾਰਦੇ ਵੱਡਾ ਤੂੰ ਹੈ ਛੋਟੇ ਅਸੀਂ ਆ ਹੱਕ ਤੇਰਾ ਹੈ ਸਾਡਾ ਨਹੀਂ ਬੰਦ ਛੋਟੇ ਦੀ ਗੱਲ ਨਹੀਂ ਹੁੰਦੀ ਸੱਲ ਹੁੰਦੀ ਹੈ ਆਪਰੀ ਮੁਹੱਬਤ ਦੀ ਔਰ ਆਪਣੇ ਪਿਆਰ ਦੀ ਆਪਣੇ غرੂਰ ਦੀ ਮੈਂ ਤੇਰੀ ਗੱਲ ਸਮਝੇ ਨਾ ਜਿਹੜੀਆਂ ਤੂੰ ਡਰਾਮੇ ਤੇ ਫਿਲਮਾਂ ਚਲਾ ਰਿਹਾ ਸਾਨੂੰ ਗੋਲੀਆਂ ਦੇ ਰਿਹਾ ਮਾੜਾ ਕਰ ਰਿਹਾ ਤੇ ਰਾਣਾ ਜੀ ਤੁਸੀਂ ਇਹ ਬੱਕਰੀਆਂ ਜਿਹੜੀਆਂ ਲਈਆਂ ਨੇ ਆਵਾਮ ਨੂੰ ਬੁਹਾਈਆਂ ਨਹੀਂ ਦੀਆਂ ਯਾਰ ਕੱਲ ਪਰਸੋਂ ਦੀਆਂ ਭਾਜਣ ਇਹ ਕਹਿੰਦੇ ਬੱਕਰੀਆਂ ਨਹੀਂ ਇਹ ਦਾਣੇ ਨੇ ਇੱਕ ਦਾ ਨਾਂ ਕਬੂਤਰੀ ਇੱਕ ਦਾ ਨਾਂ ਹਰਨੀ ਇਹਨਾਂ ਦੀ ਸ਼ਾਦੀ ਕਦੋਂ ਇਹਨਾਂ ਦਾ ਮੀਆਂ ਦਾ ਨਾਂ ਇੱਕ ਦਾ ਹੈ ਗਾਈ ਹਲੂ ਮਾਨ ਤੇ ਨਾਗਾ ਸ਼ਕਤੀ ਮਾਨ ਆਏ 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 ਸ਼ਾਦੀ ਕਦੋਂ ਕਰ ਰਿਆ ਇਹਨਾਂ ਦੇ ਫੇਰ ਵਿੱਚੋਂ ਨਿਕਲਦੀਆਂ ਦੇਵੀਆਂ ਮੈਂ ਨਾ ਕਦੋਂ ਵਿਆਹ ਕਰ ਰਿਆ ਇਹਨਾਂ ਦਾ ਪਾਸੇ ਥੋੜੇ ਦਿਨਾਂ ਨੂੰ ਕਰ ਲੈਣਾ ਜਿਹੜਾ ਥੋੜੇ ਜਿਹਾ ਨਾ ਇਹਨਾਂ ਨੂੰ ਤਕੜੀਆਂ ਕਰ ਲਈਏ ਤੇ ਬੱਕਰੇ ਆਪਣੇ ਕੋਲ ਲੇ ਗਏ ਨੇ ਤੇ ਜੇ ਅਗਰ ਰਿਸ਼ਤਾ ਵੇਖਣਾ ਹੈ ਤੇ ਦੱਸ ਦੇ ਮੈਨੂੰ ਨਹੀਂ ਇਹਨਾਂ ਦਾ ਨਾ ਰਿਸ਼ਤੇ ਭਰਮਾਉਣਾ ਨਹੀਂ ਦੇ ਇੱਥੇ ਕਰ ਲੈ ਲਾਗੇ ਕਰ ਲੈ ਇੰਗਲੈਂਡ ਚ ਰਹਿੰਦਾ ਹਮ ਇੱਕ ਰਹਿੰਦਾ ਹੈ ਨੰਦਨ ਓਏ ਇਹਦਾ ਮਤਲਬ ਖਾ ਪੀ ਖਾਂਦੇ ਪੀਂਦੇ ਘਰ ਚੋਂ ਨੇ ਹਾਂਜੀ ਸਹੀ ਹੋ ਗਿਆ ਤੇ ਇਹ ਮੌਲਵੀ ਸਾਹਿਬ ਅੱਜ ਤੁਹਾਡਾ ਇੰਟਰਵਿਊ ਹੋਏਗਾ ਗੱਲਾਂ ਬਾਤ ਤੁਹਾਡੇ ਬਹੁਤ ਸਖਤ ਹੋਣੀਆਂ ਨੇ ਤੇ ਤੁਸੀਂ ਉਹਦੀ ਤਿਆਰੀ ਕਰ ਲਵੋ ਕਿਉਂਕਿ ਇਹ ਜਿਹੜੀਆਂ ਬੱਕਰੀਆਂ ਦੇ ਬਾਰੇ ਵੀ ਕੁਝ ਹੋਣਗੇ ਸਵਾਲਾਤ ਤੇ ਕੁਝ ਸਾਡੇ ਉਸ ਤਰ੍ਹਾਂ ਸਵਾਲਾਤ ਹੋਣਗੇ ਤੇ ਮੈਂ ਐਡਵਾਂਸ ਵੀਰਾਂ ਨੂੰ ਦੱਸ ਦਿਆਂ ਇਹ ਬੱਕਰੀਆਂ ਦੇ ਰਿਸ਼ਤੇ ਲੱਭ ਕੇ ਤੇ ਸਾਨੂੰ ਯਾਰ ਸਾਡੇ ਨਾਲ ਰابطਾ ਕਰੋ ਅਦਾ ਸਾਹਿਬ ਕਹਦੇ ਉਹਨਾਂ ਨੂੰ ਹਾਂਜੀ ਕੀ ਕਿਹਾ ਉਹਨਾਂ ਨੇ ਬੱਕਰੀਆਂ ਵਾਸਤੇ ਰਿਸ਼ਤੇ ਲੱਭੋ ਆ ਮੈਂ ਰਾਣੇਵਾਸ ਰਾਣੇ ਦੀਆਂ ਬੱਕਰੀਆਂ ਨੇ ਇਹਨਾਂ ਦੇ ਰਿਸ਼ਤੇ ਲੱਭੋ ਤੇ ਇਹਨਾਂ ਨੂੰ ਕਾਲ ਕਰ ਦੇਣ ਇਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦਿਆਂਗਾ ਲੰਮਾ ਰਸਾ ਕੀਤਾ ਹੈ ਬੱਕਰੀਆਂ ਵਾਸਤੇ ਤੇ ਤੁਹਾਨੂੰ ਵਹਾਨਿਆ ਬੱਕਰੀਆਂ ਨੂੰ ਕਿਸ ਤਰ੍ਹਾਂ ਪੰਨਾਗੇ ਔਰ ਬੱਕਰੀਆਂ ਕਿਸ ਤਰ੍ਹਾਂ ਕਾਬੂ ਆਣ ਗਈਆਂ ਕੱਲ ਬਹੁਤ ਜ਼ਿਆਦਾ ਨੇ ਸਾਨੂੰ ਖਪਾਇਆ ਹੈ ਤੇ ਬੱਕਰੀਆਂ ਨੂੰ ਲੈ ਕੇ ਆ ਰਿਹਾ ਮੌਲਵੀ ਸਾਹਿਬ ਲਾਣਾ ਰੱਖਦਾ ਇਹਨਾਂ ਕੁਛ ਖਾਣ ਹੀ ਰੱਜ ਗਿਆ ਪਿਆ ਨਹੀਂ ਨਹੀਂ ਖਾਣ ਗਿਆ ਖਾਣ ਗਿਆ ਲੱਤਾਂ ਪੈਰ ਇਹਨਾਂ ਦੇ ਖੁੱਲੇ ਤੇ ਬਿਲਕੁਲ ਸਹੀ ਹੋਣ ਗਿਆ ਗੱਲ ਹੀ ਸਮਝ ਰਿਹਾ ਮੈਂ ਸਮਝ ਗਿਆ ਤੁਹਾਡੀ ਗੱਲ ਜੀ ਹਾਂ ਤੇ ਬਸ ਬੱਕਰੀਆਂ ਆਂਦੀ ਡੇਰ ਤੇ ਇਹਨਾਂ ਰੱਜ ਜਾਣਾ ਕੀ ਆਂਦਾ ਕੀ ਹਾਂਜੀ ਤੇ ਅਸੀਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹ ਰਹੇ ਸੀ ਕਿ ਬੱਕਰੀਆਂ ਦੇ ਰਿਸ਼ਤੇ ਲੱਭ ਕੇ ਮੌਲਵੀ ਸਾਹਿਬ ਨੂੰ ਤੁਸੀਂ ਹੱਗਾ ਕਰ ਦਿਓ ਤੇ ਮੌਲਵੀ ਸਾਹਨੇ ਨੇ شادی ਕਰਨੀ ਹੈ شادی ਇਸ ਤਰ੍ਹਾਂ ਕਰਨੀ ਹੈ ਧੂਮ ਧਾਮ ਨਾਲ ਕਰਨੀ ਹੈ ਵਾਜੇ ਵੁਜੇ ਵੀ ਲਿਓਣੇ ਨੇ ਹਰ ਚੀਜ਼ ਲਿਓਣੀ ਹੈ ਤੇ ਨਾਲ ਨਾਲ ਤੁਸੀਂ ਅਗਰ ਇਹਨਾਂ ਨਾਲ ਗੱਲ ਕਰਨੀ ਹੈ ਤੇ ਉਹ ਵੀ ਤੁਹਾਡੀ ਇਹ ਗੱਲ ਕਰਵਾ ਦੇਵਾਂਗੇ ਤੇ ਐਸਟਾ ਰਾਣਾ ਜੀ ਸਿਗਰਟ ਪੀਣ ਲੱਗੇ ਨੇ ਹੱਥ ਪਾਲੇ ਉਹਨੂੰ ਰਸੀ ਨੂੰ ਸਹੀ ਐ ਸਿਗਰਟ ਪੀ ਰਿਹਾ ਨਾਲ ਬੁੱਲੇ ਲੁੱਟੇਗਾ ਨਾਲ ਮਜ਼ੇ ਕਰੇਗਾ ਤੇ ਨਾਲ ਮੌਲਵੀ ਸਾਹਿਬ ਤੁਹਾਡੇ ਨਾਲ ਗੱਲ ਡਾਇਰੈਕਟ ਕਰਨਗੇ ਹਜ਼ਰਤ ਸਾਹਿਬ ਕਰੋ ਇਹਨਾਂ ਨਾਲ ਬismillah रहमान रहीम ਮਜ਼ਾਇ ਮੇਰੇ ਦੋਸਤੋ ਮੇਰੇ ਭਾਈਓ ਤੁਸੀਂ ਵੀ ਜਾਓ ਟਲੀਆਂ ਮੈਂ ਵੀ ਜਾਵਾਂ ਟਲ ਸਾਰੇ ਭਰਾ ਸੁਣ ਲੋ ਮੇਰੀ ਗੱਲ ਪਤਾ ਨਹੀਂ ਉਹ ਲੱਗਦਾ ਜਹਾਨ ਕਿਹੜੇ ਰੰਗ ਦਾ ਹਾਏ ਪਤਾ ਨਹੀਂ ਉਹ ਲੱਗਦਾ ਜਹਾਨ ਕਿਹੜੇ ਰੰਗ ਦਾ ਗੋਲੀ ਉਹ ਖਾਵੇ ਜਿਹੜਾ ਸਾਰੀ ਰਾਤ ਖੰਗਦਾ ਇਹ ਸੀ ਆਪਣੇ ਹੱਥਾਂ ਨਾਲ ਹਾਏ ਤਿਆਰ ਕੀਤੀਆਂ ਹੋਈਆਂ ਗੋਲੀਆਂ ਨੇ ਮੈਂ ਅੱਲਾ ਦੇ ਫਜ਼ਲ ਕਰਮ ਨਾਲ ਔਰ ਅੱਲਾ ਦੇ ਹੁਕਮ ਨਾਲ ਕਹਿੰਨਾ ਤਾਡੀ ਜਿਹੜਾ ਗੋਲੀ ਖਾਵੇਗਾ ਨਾ ਉਹ ਯਾਦ ਕਰੇਗਾ ਅਸੀਂ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਨੇ ਇਹਨਾਂ ਦੇ ਵਿੱਚ ਮੱਖਣ ਇਹਨਾਂ ਦੇ ਵਿੱਚ ਦੁੱਧ ਅਸੀਂ ਆਪ ਖੁਦ ਤਿਆਰ ਕਰਨੇ ਆ ਹਾਏ 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 ਸਾਡੇ ਤੁਸੀਂ ਹੀਟਰ ਹੀ ਵੇਖ ਲਓ ਨਾ ਤੇ ਤੁਸੀਂ ਇਹਨਾਂ ਕੀ ਕਮਾਲ ਕੀਤੀ ਰਣਾ ਜੀ ਤੁਸੀਂ ਮੈਂ ਆਪਣੇ ਜਿੰਨੀ ਸੰਭਾਲ ਮੇਰੀ ਮੈਂ ਉਸਤਾਦਾਂ ਦੀ ਖਿਦਮਤ ਕੀਤੀ ਅੱਜ ਮੈਨੂੰ ਉਸਤਾਦ ਘਰ ਦੇਗੇ ਨੇ ਉਸਤਾਦ ਰਣ ਜਨੂ ਜੱਲਾ ਜਗਨ ਦੇਵੇ ਉਹ ਦੁਨੀਆਂ ਦਾ ਪਰਦਾ ਕਰ ਗਿਆ ਨੇ ਤੇ ਕਰ ਮੇਰਾ ਵੀਰ ਅਸੀਂ ਵੀ ਜਾਣਾ ਹੈ ਹਾਏ ਹਾਏ ਲੇਕਨ ਬੱਕਦ ਬੱਕਦੇ ਨਾਲ ਤੇ ਉਹ ਸਾਡਾ ਤੁਹਾਡਾ ਟਾਈਮ ਪਹਿਲੇ ਆ ਜਾਵੇ ਕੋਈ ਪਤਾ ਨਹੀਂ ਲੱਗਦਾ ਬੰਦਿਆ ਦਾ ਲਾ ਜੇ ਬੰਦਿਆ ਮੈਂ ਪਹਿਲੇ ਭਾਂਜਾ ਦੇ ਭਤੀਜਾ ਨੂੰ ਕਿਹਾ ਤੁਸੀਂ ਜਾਓ ਮੇਰੀ ਜਗ੍ਹਾ ਬਣਾਇਆ ਜੇ ਨਾਲੇ ਫਰਿਸ਼ਤਾ ਅਗੇ ਮੇਰੇ ਸਵਾਲ ਕਰਿਆ ਜੇ ਸਾਡਾ ਇੱਕ ਥੱਲੇ ਮਾਮਾ ਹੁੰਦਾ ਸੀ ਹਾਏ 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 ਬੜਾ ਮਜ਼ਈਆ ਸੀ ਔਰ ਬੜਾ ਪਿਆਰ ਕਰਦਾ ਤੇਨੂੰ ਫਰਿਸ਼ਤਿਆਂ ਨੇ ਮਾਫੀ ਨਹੀਂ ਦੇਣੀ ਤੈਨੂੰ ਕੀ ਕੀ ਗੱਲ ਦੱਸਣ ਦਿਆ ਹੈ ਜ਼ਿੰਦਗੀ ਦਾ ਮੇਰਾ ਵੀਰ ਕੋਈ ਨਹੀਂ ਤਵਾਰ ਅੱਲਾ ਕਿਸ ਵਕਤ ਬੁਲਾ ਲਵੇ ਤੇ ਮੇਰਾ ਭਾਈਓ ਖੁਸ਼ ਰਿਆ ਕਰੋ ਖੁਸ਼ ਰੱਖਿਆ ਕਰੋ ਤੇ ਨਾ ਕਿਸੇ ਨੂੰ ਤੰਗ ਕਰਿਆ ਕਰੋ ਨਾ ਆਪ ਹੋਇਆ ਕਰੋ ਮੈਂ ਨਾ ਚੱਲ ਤੇਰੀ ਗੱਲ ਮੈਂ ਤੇਰੀ ਬਿਲਕੁਲ ਅਗਰ ਕਿਸੇ ਦੀ ਮਦਦ ਕਰ ਸਕਦੇ ਤਾਂ ਕਰ ਲਿਆ ਕਰੋ ਨਹੀਂ ਹੋਸੀ ਤੇ ਕਿਸੇ ਨੂੰ ਤੰਗ ਨਾ ਕਰਿਆ ਕਰੋ ਮੇਰੇ ਭਾਈਓ ਜ਼ਿੰਦਗੀ ਇੱਕ ਵਾਰ ਮਿਲਤੀ ਹੈ ਬਾਰ ਬਾਰ ਨਹੀਂ ਮਿਲਤੀ ਮੈਂ ਨਾ ਮੈਂ ਤੇਰੀ ਗੱਲ ਹੀ ਸੁਣ ਜ਼ਿੰਦਗੀ ਦਾ ਮਜ਼ਾ ਖੱਟੇ ਮੇ ਹੈ ਟੱਟੇ ਮੇ ਨਹੀਂ ਹੈ ਮੇਰੇ ਭਾਈ ਮੈਂ ਤੈਨੂੰ ਉਹੀ ਗੱਲ ਕਰਨਾ ਪਿਆ ਆਪਾਂ ਇਹਨਾਂ ਨੂੰ ਹੁਣ ਬੱਕਰੀਆਂ ਵਹਾ ਦਈਏ ਤੇ ਬੱਕਰੀਆਂ ਵਹਾ ਕੇ ਤੇ ਆਪਾਂ ਇਹਨਾਂ ਕੋਲ ਜਿਆਦਾ ਚਾਹੀਏ ਫਿਰ ਆਪਾਂ ਚਲਾਣੇ ਆ ਲਾਈਵ ਇੱਥੇ ਲਾਈਵ ਕੋ ਅੱਧਾ ਘੰਟਾ ਚੱਲਨੇ ਤੇ ਉਹਨਾਂ ਨਾਲ ਗੱਲਬਾਤ ਕਰਨੇ ਹੈ ਤੇ ਇਹ ਜਿਹੜੀਆਂ ਬੱਕਰੀਆਂ ਦੇ ਬਾਰੇ ਇਹਨਾਂ ਨੂੰ ਥੋੜੀ ਬੋਦੀ ਮੈਂ ਗਾਹ ਕਰਦਿਆਂ ਮੌਲਵੀ ਸਾਹਿਬ ਨੇ ਜਿਹੜੀਆਂ ਬੱਕਰੀਆਂ ਲੈਂਦੀਆਂ ਨੇ ਉਹ ਤੁਹਾਨੂੰ ਵਹਾ ਦਈਏ ਬੱਕਰੀਆਂ ਚਰਦੀਆਂ ਪਿੰਨੇ ਲੰਮਾ ਰੱਸਾ ਮੌਲਵੀ ਨੇ ਪਾਇਆ ਆਦੀ ਬਾਹ ਨਾਲ ਤੁਸੀਂ ਇਹ ਵੇਖ ਲਓ ਕਿਉਂਕਿ ਜਿਹੜਾ ਬਾਹ ਨਾ ਪਾਇਆ ਬੱਕਰੀਆਂ ਭਾਈ ਜਾਂਦੀਆਂ ਨੇ ਭੱਜਣ ਦੇ ਵਿਆਹ ਤੇ ਇਹ ਰਾਣੇ ਨੇ ਕਿਹਾ ਕਿ ਯਾਰ ਜਿਹੜਾ ਕੰਮ ਕੀਤਾ ਉਹ لازਮੀ ਤੇ ਹੁਣ ਸਾਨੂੰ ਅਸੀਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਕਿ ਅਸੀਂ ਤੁਹਾਡੇ ਕੋਲ ਚਾਹਾਂਗੇ ਅਗਲੀ ਵੀਡੀਓ ਵਾਸਤੇ ਇਜਾਜ਼ਤ ਤੇ ਸਾਨੂੰ ਇਜਾਜ਼ਤ ਦੇਣੀ ਹੈ ਅੱਲਾ ਨਿਗ੍ਬਾਨ